ਹਾਲੇ ਬਜਟ ਆਇਆ ਨਹੀਂ ਤੇ ਇੰਨੀ ਮਹਿੰਗਾਈ ਜਦੋਂ ਆ ਗਿਆ ਉਦੋਂ ਕਿੰਨੀ ਹੋ ਜਾਏਗੀ? ਇਹ ਹਮੇਸ਼ਾ ਅਸੀਂ ਖਾਲੀ ਉਤਾਰਤੀ ਆਈ ਹੈ ਔਰ ਅਭੀ ਵੀ ਖਾਲੀ ਉਤਾਰੇਗੀ। ਮੈਨੂੰ ਬਜਟ ਦਾ ਕੋਈ ਸਿਸਟਮ ਨਹੀਂ ਹੈਗਾ, ਉਹ ਖਾਲੀ ਲਏਗਾ ਜੀ। ਹਮਾਰੀ ਤਾਂ ਪੂਰੀ ਪੂਰੀ ਉਤਰ ਗਈ ਹੈ ਬਾਈ, ਇਸੇ ਜ਼ਿਆਦਾ ਹੋਰ ਗੁੰਜਾਇਸ਼ ਨਹੀਂ। ਤਮਾਮ ਨੂੰ ਨਹੀਂ ਅਕਲਾਈ ਤੇ ਉਹਨੂੰ ਸੋਚ, ਅਸੀਂ ਕਹਿੰਦੇ ਸ਼ੇਰ ਇੱਕ ਵਾਰੀ ਫੇਰ, ਜਦੋਂ ਇਹੀ ਕਰੀਏ ਨਾ ਫਿਰ ਉਹ ਕਹਿੰਦਾ ਠੀਕ ਹੈ ਮੈਨੂੰ ਲਿਆਓ ਫਿਰ। ਇਨਕਾ ਇੱਕ ਇੱਕ ਟਾਇਰ ਹੀ 5-5 ਕਰੋੜ ਰੁਪਏ ਦਾ ਟਾਇਰ ਹੈ ਇਨਕਾ, ਤੋ ਇਨਕੋ ਇਹਨਾਂ ਨੇ ਆਵਾਮ ਕੋ ਕਿਆ ਬਜਟ ਦੇਣਾ? ਮੁਲਕ ਸਾਡਾ ਜਿਹੜਾ ਨਾ IMF ਕੋ ਗਿਰਵੀ ਚਲਾ ਗਿਆ, ਜੋ ਗਿਰਵੀ ਕਿਸੇ ਕੋ ਚੀਜ਼ ਚਲੇ ਨਾ ਉਹ ਮਾਲਕ ਬਣ ਜਾਂਦਾ ਹੈਗਾ। ਭਾਈ ਆਵਾਮ ਕੋ ਦਫਨ ਕਰ ਦੇਗਾ, ਆਪ ਖਾਲ ਕੀ ਬਾਤ ਕਰ ਰਹੇ ਹੈ? ਪਲਾਨ ਕਰਕੇ ਬੈਠੇ ਮੈਂ ਯਾਰ, ਆਪ ਹਮਾਰੀ ਚਮੜੀ ਤੂੰ ਉਤਾਰੀ, ਅਬ ਕਿਆ ਕਰੇ ਹੋਰ। ਇੱਥੇ ਜਾਂਦੇ ਨੇ ਬਾਹਰ ਕਮਾਉਣ, ਸਾਡੇ ਬੱਚੇ ਇਹ ਇੱਥੇ ਕਮਾਉਣ ਆ ਜਾਂਦੇ ਨੇ। ਰੱਬ ਕੀ ਜ਼ਾਤ ਉੱਪਰ ਬੈਠੀ ਅੱਲਾ ਪਾਪੇ ਯਕੀਨ ਹੋਣਾ ਚਾਹੀਏ, ਹਕੂਮਤ ਨਹੀਂ ਹੈ, ਕਿਸੇ ਨੇ ਕੁਛ ਨਹੀਂ ਕਰਨਾ। ਦਫਨ ਹੋਣ ਇੱਥੇ ਆ ਜਾਂਦੇ ਨੇ, ਬਾਕੀ ਸਾਰੀ ਜ਼ਿੰਦਗੀ ਉਹ ਬਾਹਰ ਦੇ ਮੁਲਕਾਂ 'ਚ ਗੁਜ਼ਾਰਦੇ ਨੇ ਐਸ਼ੋ ਇਸ਼ਰਤ ਨਾਲ। ਇਹ ਇਨਸ਼ਾਅੱਲਾ ਪੂਰੀ ਦੁਨੀਆ ਮੇਂ ਜ਼ਲੀਲ ਹੋ ਕੇ ਰਹਿ ਜਾਏਂਗੇ ਜਿਤਨਾ ਇਹਨਾਂ ਨੇ ਆਵਾਮ ਕੋ ਕੀਆ ਹੈ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਹੂੰ ਆਪਕਾ ਮੇਜ਼ਬਾਨ ਗੁਲਫਾਮ ਖਾਨ ਔਰ ਆਪ ਦੇਖ ਰਹੇ ਹੈਂ ਮਾਈਕ ਵਾਲੀ ਸਰਕਾਰ। ਨਾਜ਼ਰੀਨ, ਪਾਕਿਸਤਾਨ ਕਾ ਵਫਾਕੀ ਬਜਟ ਪੇਸ਼ ਹੋਣੇ ਵਾਲਾ ਹੈ। ਅਬ ਸਵਾਲ ਇਹ ਹੈ ਕਿ ਕਿਆ ਇਹ ਬਜਟ ਪਿਛਲੇ ਬਜਟ ਕੀ ਤਰ੍ਹਾਂ ਆਵਾਮ ਕੀ ਖਾਲ ਉਤਾਰੇਗਾ ਜਾਂ ਆਵਾਮ ਕੋ ਰਿਲੀਫ ਵੀ ਦਿਆ ਜਾਏਗਾ? ਕਿਆ ਆਵਾਮ ਕੋਈ ਸੁੱਕਾ ਸਾਂਸ ਲੈ ਪਾਏਗੀ? ਅਬ ਤੋ IMF ਨੇ ਵੀ ਡੂ ਬੋਰਡ ਕਾ ਮੁਤਾਲਬਾ ਕਰ ਦਿਆ ਹੈ। IMF ਕੇ ਸਜੈਸ਼ਨ ਕੇ ਮੁਤਾਬਿਕ ਪਾਕਿਸਤਾਨ ਕੇ ਲੋਗੋ ਪੇ ਮਜ਼ੀਦ ਟੈਕਸਿਸ ਲਗਾਏ ਜਾ ਰਹੇ ਹੈਂ। ਪਹਿਲੇ ਪਾਕਿਸਤਾਨ ਕੇ ਟੈਕਸਿਸ ਟੋਟਲ 7,000 ਕਲੈਕਟ ਹੋਤੇ ਥੇ, ਅਬ ਤਕਰੀਬਨ 17,000 ਅਰਬ ਰੁਪਿਆ ਕਾ ਟੈਕਸ ਕਲੈਕਟ ਕਰਨੇ ਕਾ ਮਨਸੂਬਾ ਬਣਾਇਆ ਗਿਆ ਹੈ। 10,000 ਅਰਬ ਐਕਸਟਰਾ ਟੈਕਸ ਆਵਾਮ ਸੇ ਕਲੈਕਟ ਕੀਆ ਜਾਏਗਾ। ਕਿਆ ਇਹ ਆਵਾਮ ਕੋ ਖੁਦਕੁਸ਼ੀ ਕਰਨੇ ਪੇ ਮਜਬੂਰ ਨਹੀਂ ਕਰ ਦੇਂਗੇ? ਕਿਆ ਇਹ ਆਵਾਮ ਕੋ ਡਿਪਰੈਸ਼ਨ ਕਾ ਮਰੀਜ਼ ਬਣਾਉਣਾ ਚਾਹਤੇ ਹੈ? ਕਿਆ ਇਹ ਪੂਰੀ ਜ਼ਿੰਦਗੀ ਆਵਾਮ ਕੇ ਸਾਥ ਪਾਕਿਸਤਾਨੀਓ ਸਾਥ ਐਸਾ ਹੀ ਹੋਤਾ ਰਹੇਗਾ? ਆਏ ਲੋਗੋ ਸੇ ਬਾਤ ਕਰਤੇ ਹੈਂ ਕਿ ਲੋਗੋ ਕਾ ਕਿਆ ਖਿਆਲ ਹੈ ਕਿ ਕਿਆ ਇਸ ਬਜਟ ਮੇਂ ਆਵਾਮ ਕੇ ਲੀਏ ਕੋਈ ਰਿਲੀਫ ਹੈ ਜਾਂ ਸਿਰਫ ਉਨਕੀ ਖਾਲ ਹੀ ਉਤਾਰੀ ਜਾਏ ਜਾਂ ਮੇਰੇ ਸਾਥ ਆਈਏ? ਜੀ ਅਸਲਾਮ ਅਲੈਕੁਮ ਭਾਈ। ਇਯਾਕਾ ਨਅਬਦੂ ਵਇਯਾਕਾ ਨਸਤਾਈਨ, ਇਮਰਾਨ ਖਾਨ ਜ਼ਿੰਦਾਬਾਦ। ਆਪ ਉਸਕੇ ਤਹਿਰੀਕ ਮੇਂ ਸ਼ਾਮਿਲ ਹੋ, ਠੀਕ ਹੈ, ਸਭ ਕੁਛ ਸਹੀ ਹੋ ਜਾਏਗਾ ਪਾਕਿਸਤਾਨ ਮੇਂ। ਅਬ ਇਹ ਇੰਟਰਵਿਊ ਚੱਲ ਗਿਆ ਤੋ ਇਨਸ਼ਾਅੱਲਾ ਮੇਰਾ ਹਾਲ ਉਠਾਇਆ ਵੀ ਜਾਊਂਗਾ। ਭਾਈ ਆਵਾਮ ਕੋ ਦਫਨ ਕਰ ਦੇਗਾ, ਆਪ ਖਾਲ ਕੀ ਬਾਤ ਕਰ ਰਹੇ ਹੈ? ਹਾਂਜੀ, ਆਵਾਮ ਨੂੰ ਕਫਨ ਦੇਣ ਲੱਗਣੇ ਆ? ਹਾਂਜੀ ਭਾਈ, ਨਾ ਕਫਨ ਹੀ ਹੈ, ਅੱਲਾ ਦੀ ਮਿਹਰ, ਹੁਣ ਕਫਨ ਨਹੀਂ ਮਿਲਿਆ ਪਿਆ, ਕਾਰੋਬਾਰ ਦੀ ਹਾਲਤ ਨਹੀਂ ਦੇਖਦੇ ਪਏ ਜੇ। ਹਾਂਜੀ, 500-700 ਹਜ਼ਾਰ ਰੁਪਏ ਜਿੰਨੇ ਦਿਹਾੜੇ ਲੈਣੀ ਉਹਦੇ ਵਾਸਤੇ ਤਾਂ ਕਫਨ ਹੀ ਹੈ ਭਾਈ ਨਾ। ਹਾਲੇ ਬਜਟ ਆਇਆ ਨਹੀਂ ਤੇ ਇੰਨੀ ਮਹਿੰਗਾਈ ਜਦੋਂ ਆ ਗਿਆ ਉਦੋਂ ਕਿੰਨੀ ਹੋ ਜਾਏਗੀ? ਤੇ ਆਵਾਮ ਨੂੰ ਉਹ ਗਵਰਨਮੈਂਟ ਨੂੰ ਸਜੈਸ਼ਨ ਦੇ ਦਈਏ ਕਿ ਕਫਨ ਵੀ ਦੇਣਾ ਸ਼ੁਰੂ ਕਰ ਦਿਓ ਬਜਟ ਦੇ ਨਾਲ। ਤੇ ਭਾਈ ਨੂੰ ਕਫਨ ਹੀ ਦੇਣਗੇ ਜਦੋਂ ਬਜਟ ਆ ਗਿਆ, ਉਹ ਕਫਨ ਹੀ ਹੋਰ ਕੀ। ਜਿੰਨਾ ਕਿ ਹੁਣ 1,000 ਰੁਪਇਆ ਦਿਹਾੜੀ, 600 ਤੱਕ 500 ਰੁਪਏ ਦਾ ਘਿਓ ਲੈ ਰਿਹਾ ਮੈਨੂੰ ਕਿਲੋ, ਤੇ ਉਹ ਕਫਨ ਹੀ ਹੋਰ ਕੀ। ਯਾਨੀ ਤੁਹਾਡੀ ਖਾਲ ਉਤਰ, ਬਲਕਿ ਤੁਸੀਂ ਦਫਨ ਹੋਣਾ ਐਤਕੀ? ਦਫਨ ਹੀ ਹੈ, ਅੱਲਾ ਦੀ ਮਿਹਰਬਾਨੀ ਨਾਲ, ਜਾਂ ਤੇ ਇਹ ਦਫਨ ਨੇ ਤੇ ਜਾਂ ਆਵਾਮ ਦਫਨ ਹੈ। ਤੁਹਾਨੂੰ ਕੀ ਲੱਗ ਰਿਹਾ, ਤੁਸੀਂ ਦਫਨ ਹੋਗੇ ਆਵਾਮ ਉਹ ਹੋਣਗੇ? ਉਹ ਹੋ ਸਕਦੇ ਨੇ, ਤੁਸੀਂ ਮੈਨੂੰ ਦੱਸੋ। ਤੁਸੀਂ ਸਾਰਾ ਦਿਨ ਫਿਰਦੇ ਜੇ, ਤੁਸੀਂ ਦੱਸੋ ਕੋਈ ਕੋਈ ਹਕੂਮਤ ਐਸੀ ਆਈ ਹੋਵੇ ਜਿਹੜੀ ਖੁਦ ਦਫਨ ਹੋਈ ਹੋਈ ਆਵਾਮ ਨੂੰ, ਉਹਨਾਂ ਨੇ ਰਿਲੀਫ ਦਿੱਤਾ ਹੋਵੇ? ਦਫਨ ਹੁੰਦੇ ਨੇ ਲੇਕਿਨ ਮੁਲਕੋਂ ਬਾਹਰ ਜਾ ਕੇ, ਉਹ ਇੰਗਲੈਂਡ, ਲੰਡਨ, ਅਮੈਰੀਕਾ, ਕੈਨੇਡਾ, UK? ਨਹੀਂ ਸਰ ਜੀ, ਉਹ ਦਫਨ ਇੱਥੇ ਹੋਣ ਆਉਂਦੇ ਨੇ, ਬਾਕੀ ਜ਼ਿੰਦਗੀ ਉੱਥੇ ਗੁਜ਼ਾਰਦੇ ਨੇ। ਦਫਨ ਹੋਣ ਇੱਥੇ ਆ ਜਾਂਦੇ ਨੇ, ਬਾਕੀ ਸਾਰੀ ਜ਼ਿੰਦਗੀ ਉਹ ਬਾਹਰ ਦੇ ਮੁਲਕਾਂ 'ਚ ਗੁਜ਼ਾਰਦੇ ਨੇ, ਐਸ਼ੋ ਇਸ਼ਰਤ ਨਾਲ। ਤੁਹਾਡੀ ਆਇਤ ਕਿ ਖਾਲ ਉਤਾਰੀ ਜਾਣ ਲੱਗੀ ਫਿਰ ਅੱਛੀ ਵਾਲੇ ਤਰੀਕੇ ਨਾਲ? ਹਾਂਜੀ ਭਾਈ ਜਾਨ, ਮਸ਼ਵਰਾ ਦੇ ਦਿਓ, ਛੁਰੀਆਂ ਤੇਜ਼ ਕਰ ਲੈਣੀਆਂ ਬਸ। ਮਸ਼ਵਰਾ ਇਹਨਾਂ ਨੂੰ ਇਹ ਹੀ ਹੈ ਕਿ ਆਪਣੀ ਇੱਜ਼ਤ ਬਚਾਓ ਅਤੇ ਚੁੱਪ ਕਰਕੇ ਘਰ ਜਾਓ, ਜੇ ਨਹੀਂ ਮੁਲਕ ਸੰਭਾਲਿਆ ਜਾ ਰਿਹਾ ਤੇ। ਸੁਣ ਲਓ, ਲੋਕ ਕਿਆ ਸੋਚਦੇ ਆਪਣੇ ਬਾਰੇ ਮੈਂ? ਇਸੇ ਮਜ਼ੀਦ ਹੋਰ ਖਾਲ ਉਤਰਨੀ ਹੈ, ਇਹ ਵੀ ਰਹਿਤੀ ਹੈ ਥੋੜ੍ਹੀ ਬਹੁਤ, ਥੋੜ੍ਹੀ ਬਹੁਤ ਰਹਿਤੀ ਹੈ। ਹਮਾਰੀ ਤਾਂ ਪੂਰੀ ਪੂਰੀ ਉਤਰ ਗਈ ਹੈ ਬਾਈ, ਇਸੇ ਜ਼ਿਆਦਾ ਹੋਰ ਗੁੰਜਾਇਸ਼ ਨਹੀਂ ਹੈ। ਸਰ ਜੀ, ਲੇਕਿਨ ਉਹ ਪਲਾਨ ਕਰਕੇ ਬੈਠੇ ਹੋਏ ਹੈ? ਪਲਾਨ ਕਰਕੇ ਬੈਠੇ ਹੋਏ ਯਾਰ, ਆਪ ਹਮਾਰੀ ਚਮੜੀ ਤੂੰ ਉਤਾਰੀ, ਅਬ ਕਿਆ ਕਰੇ ਹੋਰ, ਮਜ਼ੀਦ ਹੋਰ ਕੁਛ ਰਹਿ ਨਹੀਂ ਗਿਆ ਹਮਾਰੇ ਪੇ। ਆ ਬਹੁਤ ਗੁਰਬਤ ਹਮਾਰੀ ਜਾ ਰਹੀ ਹੈ, ਸੁਬਹ ਸੇ ਬੈਠੇ ਹੋਏ ਹੈਂ, ਹਮਨੇ 300-400 ਨਹੀਂ ਵਿਗੜਾ ਹੁਆ। ਸੁਬਹ ਸੇ ਜੇਬ ਦਿਖਾ ਦੋ। ਨਹੀਂ ਨਹੀਂ, ਜੇਬ ਕਿਉਂ ਦਿਖਾਣੀ ਸਰ, ਅੱਲਾਹ ਤਾਲਾ ਮਾਫ਼ ਕਰੇ, ਚਿਹਰੇ ਤੋਂ ਨਜ਼ਰ ਆਉਣ ਲੱਗ ਗਏ ਆਪ ਤੋਂ ਇਹ ਚੀਜ਼ਾਂ। ਇਹ ਐਸੀ ਬੇਰੁਜ਼ਗਾਰੀ ਪੈਦਾ ਕਰਦੀ ਇਸ ਗੌਰਮੈਂਟ ਨੇ,
نہیں یہ کریں کیا کہ کیوں عوام کا ستیاناش کرنے لگے ہیں؟ مجھے تو خانہ جنگی کا ڈر لگنے لگا ہے، خانہ جنگی نہ ہو جائے پاکستان میں، اللہ ان کو ہدایت دے بس، ہم اور کچھ نہیں کہہ سکتے بھائی، کھل لے گی تو انشاء اللہ تعالیٰ۔ اچھا جی تو پہلے نہیں پتا کہ ہے سر نہیں ہوتے ہوں رہے، میں شاید کوئی اکل اکل آ جائے، کوئی عوام کا کوئی خیال آ جائے، اصل عوام نے نہیں اکل آئی تو انہوں نے ابھی کہنے شیر ایک بار پھر جب یہی کریے نا پھر وہ کہتے ٹھیک ہے میں لیاؤ پھر وہ اچھا شیر ہے تو انہیں کھانا ہی ہے کھالی لانی ہے تو تمہیں پتہ ہی ہے تمہیں تھی بہتر سر کو جان دو نہیں تو چاچی وہ کدو تک عوام نے اس طرح ہونا ہے عوام کدو تک ذلیل ہوتی رہے گی سر بمب نہیں چلتا ایٹم بمب سارے نہیں چلتا سارے تو چل جائے سارے چلے گا سفا اس مل جائیں گے انہیں باہر بھج جانا پھر سارے حکومت کرے گی آ کے میری گا سنو وہ ہے کہ مافیا یہ مافیا ہے ہے وڈے زرداری اللہ کہ میں پیپل پارٹی ووٹ دیتا ہمیشہ زرداری ہو گیا نواز شریف ہو گیا سارے جڑا گروپ ہے نا دو تین بنے یہ سارے یہ دنیا باہروں جتنے جانے باہر کما سارے بچے یہ اتنے کما آتے ہیں ٹھیک ہے نا اتوں کما بچے باہر لندن سوئٹزرلینڈ پھر کسی کا آسٹریلیا جزیرے نے تو پھر تم کی سمجھتے ہو کہ سانوں کچھ کھان دین گے اگر سانوں کھان اگر سانوں شعور آ گیا سانوں کی تعلیم آ گئی پھر تعلیم طاقت ہے پھر سانوں پتا چل جائے گا کہ اچھا برے سانوں پہچان ہو جائے گی تو پھر اسی ووٹ نہیں دیں گے وہ سانوں اس چیز طرفا نہیں دے رہے روزگار روک لیا صحت روک لی تعلیم روک لی یہ تین چیزیں تو روک لی گراؤنڈ سارے کوئی نہیں سب مین چیز ہے نشا کرنے لگ گئے اسی اسی وجہ کہ سر گراؤنڈ کوئی نہیں تو گراؤنڈ ہوئے گی نا کوئی سارے بچے کھیلن جان گے طاقت آئے گی انہوں جو طاقت ہوگی تو بچے تعلیم حاصل کریں گے تعلیم حاصل کریں تو شعور آ جائے گا شعور آ گیا تو انہیں بیڑا گرک ہو جائے گا انہوں نے سمجھ لیں تو چور نے تو یہ سانوں گراؤنڈ کو دین گے بیسکلی ساری چیز گراؤنڈ ہی کھولی انہوں نے وڈی گل میں تسی تانوں گل بڑی اچھی لگی ہے کہ اسی کھیلنا بند کرتا تے اسی نشے دے پے گئے بھائی جب سارے گراؤنڈ ہی نہیں ہے سارے کو ایکٹیویٹی کوئی نہیں ہے اسی ٹیلی فون پھڑ لیں کہ اسی کمرے بہ گئے نوکرے بہ گئے اسی تو پھر نشے لگنا ہے اسی گندیاں فلمیں دیکھنی ہیں اسی نشے دے کرنا ہے اسی ٹھیک ہے نا جی جب سارے بچوں کو گراؤنڈ کھولی ایک پلان دے تو سارا کچھ ہو رہا ہے برباد کرنا بس پاکستان وہ کر دیتا ہے برباد انہوں نے سانو ان شاء اللہ اللہ پاک سب اچھی کرے گا رب کی ذات اوپر بیٹھی اللہ پاک پہ یقین ہونا چاہیے حکومت نہیں ہے کسی نے کچھ نہیں کرنا بجٹ آ رہا ہے انسان نے جو کرنا ہے ایک میں بھی یہ بھی آپ کو یہ بات کہتا ہوں آپ اس بات کو ایگری کرنا ہے ساڈے ملک نو رب کی ذات اتنے بھول گئی ہوئی ہے کہ رب کی ذات اتنے بیٹھی ہوئی ہے بندہ بندے نو وڈن پھڑیا ہوا ہے ٹھیک ہے اپنے دی لتاں کھچن پھڑیا ہوا ہے کتھوں کامیابی ملنی ہے ہر چیز حکومت لا کے پا دیں اج تسی جو میں اپنی مثال دینا میں پانچ وقت دی نماز پڑھنا مینوں زندگی چ کسی چیز دی ٹینشن نہیں ہے کسی چیز دی ٹینشن نہیں ہے سانوں ساڈا رب دن چ پانچ واری بلا رہا ہے اسی پانچ ایک واری بھی نہیں جا رہے دس منٹ سے تو اتوں ہی سانوں فون آیا نا کوئی آئے ہوئے ادھر چلیے ذرا پارٹی جی تو اسی کہنا ڈک چار بندے نال لے کے آنے پے ہاں ٹھیک ہے حکومت کا یہ جو بجٹ آئے گا نا انشاءاللہ اللہ پاک سارا کچھ اچھی کرے گا بھلائی ہو رہی ہے ہمارے ملک کے لیے تھوڑی آگے مزید ہوگی اللہ پاک ہدایت دے جو ملک چلا رہے ہیں ان کو ہمت دے اور اچھے حکمران لا کے بٹھائے یہ رب کی ذات نے کرنا جو کرنا بھائی انسان کے بس میں یہ بات نہیں ہے میں آپ کو اتنی سی بات کہوں گا یہ دنیا کو بھی پیغام دوں گا جس انسان کو اپنا رب یاد ہے نا وہ انسان ہر موڑ پہ ہر جگہ پہ کامیاب ہے بھائی یہ ہمیشہ سے خالی اتارتی آئی ہے اور ابھی بھی خالی اتارے گی تو پہلے والی جو حکومت تھی وہ پھر بھی کچھ بہتر تھی لیکن یہ والی حکومت صرف اپنا سوچتی ہے ان کا ایک ایک ٹائر ہی پانچ پانچ کروڑ روپے کا ٹائر ہے ان کا تو ان کو انہوں نے عوام کو کیا بجٹ دینا ہے اللہ تھا کہ عوام ان کو بجٹ دے رہی ہے یہ عوام کو کچھ نہیں دے رہے اور نہ ہی دے سکتے ہیں عوام کو کوئی دعواں دے رہے ہیں کوئی لارا ہی دے رہے ہیں استغفر اللہ لا حول ولا قوت الا باللہ العلی العظیم یا اللہ چوک کیسے کو بند ہو بس یہی کہہ سکتا ہوں یار یہ انشاءاللہ پوری دنیا میں ذلیل ہو کے رہ جائیں گے جتنا انہوں نے عوام کو کیا ہے بچے اچھے عوام نے فائدے تو کوئی نہیں آتا ہے
ਜੈਸੇ ਤੁਸੀਂ ਹੁਣੇ ਗੱਲ ਕਰ ਰਹੇ ਸੀ ਕਿ IMF ਜਿਹੜੀ ਨਾ ਟੈਕਸ ਮਜ਼ੀਦ ਲਾਉਣਾ ਚਾਹੁੰਦੀ ਹੈਗੀ ਹੈ ਅਤੇ ਮੁਲਕ ਸਾਡਾ ਜਿਹੜਾ ਨਾ IMF ਕੋਲ ਗਿਰਵੀ ਚਲਾ ਗਿਆ। ਜੋ ਗਿਰਵੀ ਕਿਸੇ ਕੋਲ ਚੀਜ਼ ਚਲੇ ਨਾ ਉਹ ਮਾਲਕ ਬਣ ਜਾਂਦਾ ਹੈਗਾ, ਉਹ ਉਦੋਂ ਤੱਕ ਉਹ ਮਲਕੀਅਤ ਨਹੀਂ ਛੱਡਦਾ ਜਿੰਨੀ ਦੇਰ ਉਹਦੀ ਰਕਮ ਨਾ ਵਾਪਸ ਦਿੱਤੀ ਜਾਵੇ। ਕਿਸੇ ਕੋਲ ਮਕਾਨ ਲਿੱਤਾ ਹੋਵੇ ਨਾ ਗਿਰਵੀ, ਉਹ ਉਨੀ ਦੇਰ ਮਾਲਕ ਹੁੰਦਾ, ਪਿਓਰ ਕਬਜ਼ਾ ਉਹਦੇ ਕੋਲ ਹੁੰਦਾ। ਜਿੰਨੀ ਦੇਰ ਉਹਦੇ ਰਕਮਦਾਰ ਨਾ ਕੀਤੀ ਜਾਵੇ, ਸੂਦ ਨਾ ਕੀਤੀ ਜਾਵੇ, ਜਿ ਸਿਸਟਮ ਜੋ ਸਿਸਟਮ ਹੈਗਾ ਉਸ ਰਕਮ ਦੇ ਨਾਲ ਰਕਮ ਨਾਲ ਉਹ ਮਾਲਕ ਹੈ। ਪੈਸੇ ਦਿਓਗੇ ਤਾਂ ਬਾਹਰ ਨਿਕਲੇਗਾ, ਪੈਸੇ ਨਹੀਂ ਦਿਓਗੇ ਸਮਝ ਲਓ ਮਾਲਕ ਹੈ। ਅਸੀਂ ਕਿੱਧਰੋਂ ਦੇਣੇ ਨੇ, ਅਸੀਂ ਤਾਂ ਮਜ਼ੀਦ ਕਰਜ਼ਾ ਮੰਗਦੇ ਪਏ ਹਾਂ, ਕਰਜ਼ਾ ਮੰਗਦੇ ਪਏ। ਮੁਲਕ ਐਸਮ ਸਾਡਾ ਗਿਰਵੀ ਹੈਗਾ, ਕਹਿੰਦੇ ਜਿੰਨੇ ਦਾਰੇ ਨੇ ਸਾਰੇ ਨਿਸ਼ਕਾਰੀ ਦੇ ਕਰ ਦਿਓ, ਪ੍ਰਾਈਵੇਟ ਕਰ ਦਿਓ। ਅਸੀਂ ਮਾਰੇ ਬੰਦੇ ਦਿਹਾੜੀਦਾਰ ਹੈਗੇ ਹਾਂ, ਮਸਲ ਰਾਸ਼ਨ ਰੋਜ਼ਮਰੇ ਜਿਹੜੀਆਂ ਚੀਜ਼ਾਂ ਨੇ ਉਹ ਹੈ ਨੇ ਆਮ ਬੰਦੇ ਵਾਸਤੇ। ਉਹ ਬਿਜਲੀ ਮਹਿੰਗੀ ਕਰਤੀ, ਗੈਸ ਮਹਿੰਗੀ ਕਰਤੀ, ਪੈਟਰੋਲ ਮਹਿੰਗਾ ਕਰਤਾ, ਆਵਾਮ ਨੂੰ ਜ਼ਲੀਲ ਰੁਸਵਾ ਕਰਤਾ, ਕਾਰੋਬਾਰ ਖਤਮ ਹੋ ਗਏ, ਕੰਨਾ ਖਿਚਾ ਰਹੇ ਨੇ। ਇੱਕ ਪਾਸੇ ਚਲੋ ਥੋੜ੍ਹੀ ਮਹਿੰਗਾਈ ਕੰਟਰੋਲ ਕੀਤੀ ਉਹਨਾਂ, ਇੱਕ ਪਾਸੇ ਵਧਾਉਂਦੇ ਪਏ ਨੇ। ਕਾਰੋਬਾਰ ਇਨਸਾਨਾਂ 'ਚ ਚੱਲਣ ਜਾਏ, ਕਾਰੋਬਾਰ ਨਹੀਂ ਚੱਲਦੇ ਪਏ। ਕਾਰੋਬਾਰ ਹਰ ਮਾਰਕੀਟ ਤੁਹਾਡੇ ਸਾਹਮਣੇ ਵਿਹਲੀ ਪਈ ਹੈ। ਤੁਹਾਡੇ ਮੁਤਾਬਿਕ ਐਤ ਕੀ ਵੀ ਬਜਟ ਆਵਾਮ ਦੀ ਖਾਲੀ ਲਾਏਗਾ? ਖਾਲੀ ਲਾਏਗਾ, ਹਰ ਸਾਲ ਲਾਉਂਦਾ ਬਜਟ ਕੀ ਹੈ, ਆਵਾਮ ਨੂੰ ਕੋਈ ਨਹੀਂ ਹੈਗਾ ਉਹਦੇ 'ਚ। ਮੈਂ ਆਮ ਬੰਦਾ ਵਾਂ, ਮੈਨੂੰ ਬਜਟ ਦਾ ਕੋਈ ਸਿਸਟਮ ਨਹੀਂ ਹੈਗਾ, ਉਹ ਖਾਲੀ ਲਾਏਗਾ ਜੀ। ਤੁਹਾਨੂੰ ਨਾਜ਼ਰ ਆਪ ਲੋਕਾਂ ਨੂੰ ਦੇਖਾ ਕਿ ਲੋਕ ਕਿਆ ਕਹਿ ਰਹੇ ਕਿ ਜੋ ਵਫਾਕੀ ਬਜਟ ਆਉਣ ਵਾਲਾ ਹੈ ਉਸ ਮੇਂ ਲੋਕ ਫੁੱਲ ਮਯੂਸ ਹੈ। ਉਹ ਕਹਿ ਰਹੇ ਇਹ ਹਕੂਮਤ ਜੋ ਵਫਾਕੀ ਬਜਟ ਪੇਸ਼ ਕਰਨੇ ਜਾ ਰਹੀ ਹੈ ਇਸ ਮੇਂ ਸਿਰਫ ਔਰ ਸਿਰਫ ਇਸਨੇ ਆਵਾਮ ਕੀ ਖਾਲੀ ਉਤਾਰਨੀ ਹੈ, ਇਹ ਕੋਈ ਆਵਾਮ ਕੋ ਰਿਲੀਫ ਨਹੀਂ ਦੇਣੇ ਲੱਗੇ। ਇਹਨਾਂ ਨੇ ਆਵਾਮ ਕੋ ਜ਼ਲੀਲ ਔਰ ਰੁਸਵਾ ਕਰਕੇ ਰੱਖ ਦਿਆ ਹੈ ਔਰ ਆਗੇ ਮਜ਼ੀਦ ਟੈਕਸਿਸ ਲਗਾਏ ਜਾ ਰਹੇ ਹੈਂ। ਤੋ ਨਾਜ਼ਰ ਮੁਝੇ ਆਪਣੇ ਕਮੈਂਟ ਬੋਕਸ ਮੈਂ ਲਾਜ਼ਮੀ ਬਤਾਨਾ ਹੈ ਕਿ ਆਪਕੋ ਕਿਆ ਲੱਗਤਾ ਹੈ ਕਿ ਇਹ ਕਿਆ ਆਵਾਮ ਕੀ ਖਾਲੀ ਉਤਾਰੇਗਾ ਇਹ ਬਜਟ ਜਾਂ ਕੋਈ ਰਿਲੀਫ ਵੀ ਦੇਗਾ? ਤੋ ਨਾਜ਼ਰ ਇਸ ਵੀਡੀਓ ਲਾਈਕ ਕੀਜੀਏ, ਸ਼ੇਅਰ ਕੀਜੀਏ, ਚੈਨਲ ਕੋ ਸਬਸਕ੍ਰਾਈਬ ਕੀਜੀਏ। ਆਪਣੇ ਮੇਜ਼ਬਾਨ ਗੁਲਫਾਮ ਖਾਨ ਕੋ ਇਜਾਜ਼ਤ ਦੇ, ਅੱਲਾ ਹਾਫਿਜ਼।